ਉਹਨਾਂ 'ਚ ਇਹ ਸਾਰੇ ਮੇਰੇ ਨਿੱਜੀ ਸੱਜਣ ਸੀ। 5 ਸਾਲ ਉਹ ਕਹਿ ਦੇਣ ਵੀ ਮੈਂ ਉਹਨਾਂ ਨੂੰ ਮਿਲਿਆ ਕਿਸੇ ਕੰਮ ਲਈ। ਫਿਰ ਜਦੋਂ ਕਾਂਗਰਸ ਨਹੀਂ ਕਰ ਲੈਣ ਦੇ ਗੱਲ, ਫਿਰ ਬੰਦੇ ਨੂੰ ਐਂ ਲੱਗਦਾ ਵੀ ਮੈਂ ਗੱਲ ਤਾਂ ਅਰਮਾਨ ਨਾਲ ਵਿੱਚ ਰਹਿ ਜਾਏ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਫਿਰ ਜਦੋਂ ਉਹਨਾਂ ਦੀ ਚੜ੍ਹਤ ਸੀ, ਫਿਰ ਦੂਜੀ ਆਪੋਜੀਸ਼ਨ ਸੀ, ਉਹ ਸਾਡੇ ਪਿੰਡ ਸਪੈਸ਼ਲ ਆਏ ਕਿਉਂਕਿ ਉਹ ਪੈਰ ਨਹੀਂ ਸੀ ਲੱਗ ਰਹੇ। ਤਾਂ ਇਹ ਸਾਰੇ ਚੰਨੀ ਹੋਰੀ ਸਾਰੇ ਸਾਡੇ ਨਿੱਜੀ ਸੱਜਣ ਸੀ। ਉਹ ਕਹਿੰਦੇ ਵੀ ਜੇ ਟੂਰਨਾਮੈਂਟ ਚਲੇ ਜਾਓ, ਉੱਥੇ ਬੱਲੇ ਬੱਲੇ ਬਹੁਤ ਹੋ ਗਏ। ਇੱਕ ਕੈਪਟਨ ਸਾਹਿਬ ਉਦੋਂ ਮੈਨੂੰ ਲੱਗਦੀ ਸ਼ਾਇਦ ਜਾਂਦੇ ਨਹੀਂ ਸੀ ਕਿਤੇ, ਪਹਿਲੀ ਵਾਰੀ ਸਾਡੇ ਪਿੰਡ ਆ ਕੇ 3 ਘੰਟੇ ਬੈਠ ਰਹੇ। ਮੈਂ ਉਹਨਾਂ ਕੋਲ ਵੀ ਨਹੀਂ ਕਦੇ ਗਿਆ। ਮੇਰਾ ਨਰੋਲ ਕੰਮ ਮਿਊਜ਼ਿਕ ਨਾਲ ਰਿਲੇਟਡ ਹੈ, ਔਰ ਨਾ ਮੈਨੂੰ ਸਿਆਸਤ ਆਉਂਦੀ ਹੈ, ਨਾ ਮੈਂ ਆਪਦੇ ਨਿੱਜੀ ਕੰਮ ਲਈ ਕਦੇ ਕਿਸੇ ਨੂੰ ਫੋਨ ਕਰਿਆ। ਤੁਸੀਂ ਕਦੇ ਵੀ ਦੇਖੋਗੇ ਕਦੇ ਵੀ ਸ਼ਾਮਿਲ ਨਹੀਂ ਹੋਊਂਗਾ ਮੈਂ ਸਿਆਸਤ 'ਚ। ਜੇ ਹੋਊਂਗਾ ਫਿਰ ਤੁਹਾਨੂੰ ਪਤਾ ਲੱਗ ਜੂ, ਪਰ ਅਜੇ ਮੇਰਾ ਕੋਈ ਵਿਚਾਰ ਨਹੀਂ। ਮੇਰਾ ਕੰਮ ਹੈ ਕਿ ਮੈਨੂੰ ਨੇਚਰ ਨੇ ਡਿਊਟੀ, ਮਦਰ ਨੇ ਲਾਈ ਹੈ ਕਿ ਮੈਂ ਲਿਖ ਕੇ ਗਾ ਸਕਦਾ ਔਰ ਗਾ ਕੇ ਹਕੂਕ ਦੀ ਗੱਲ ਕਰ ਸਕਦਾ। ਬਸ ਮੇਰਾ ਇਹੀ ਫਲਸਫਾ ਅਤੇ ਇਹੀ ਕੰਮ ਹੈ ਮੇਰਾ। ਨਹੀਂ ਨਹੀਂ ਪੰਜਾਬ ਦੀ ਗੱਲ ਕਰ ਰਹੇ ਸੀ ਨਾ, ਉਹ ਮੈਂ ਤੁਹਾਨੂੰ ਕਲੈਰੀ ਕਰਨਾ ਚਾਹੁੰਦਾ। ਜਿਸ ਵੇਲੇ ਦੀ ਕਹਾਣੀ ਸੀ ਉਸ ਵੇਲੇ PANJA ਲਿਖਿਆ ਸਾਂਝੇ ਪੰਜਾਬ। ਹਾਂ ਨਹੀਂ ਨਹੀਂ ਤੁਸੀਂ ਸਹੀ ਸੀ, ਤੁਸੀਂ ਸਹੀ ਸੀ। ਮੈਂ ਪੜ੍ਹੀ ਨਹੀਂ ਅਸਲ 'ਚ, ਸੱਚ ਪੁੱਛੋ ਮੈਂ ਤਾਂ ਇੱਧਰੇ ਦੇਖਦੇ ਨਹੀਂ। ਬਿਲਕੁਲ ਸਹੀ ਦੱਸੋ ਪੁੱਛੇ। ਮੈਂ ਮੇਰਾ ਕੁਐਸਚਨ ਇਹ ਸੀਗਾ ਕਿ ਐਕਚੁਅਲ ਦੇ ਵਿੱਚ ਜੇਕਰ ਆਪਾਂ ਪੰਜਾਬ ਲਿਖੀਏ ਤਾਂ PAN ਦੇ ਨਾਲ ਹੀ ਪਾਣਾ, ਅੱਜ ਆਪਾਂ PUN ਲਿਖਦੇ ਆ ਤਾਂ ਆਪਾਂ PAN ਦੀ ਸ਼ੁਰੂਆਤ ਕਰੀਏ। ਕਰੀਏ ਜੀ 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 ਕੋਈ ਨਹੀਂ, ਅਸੀਂ ਆਪਦੇ ਘਰ ਤੇ ਲਿਖਾ ਦਾਂਗੇ ਪੱਕਾ ਹੀ ਜਾ ਰਿਹਾ। ਵਾਅਦਾ ਰਿਹਾ ਤੁਹਾਡਾ, ਅੱਛੀ ਗੱਲ ਹੈ, ਅੱਛੀ ਗੱਲ ਹੈ। ਆ ਹੁਣ ਅਗਲੀ ਤਖਤੀ ਪਿੰਡ ਉਹੀ ਲਾਵਾਂਗੇ ਬਾਹਰ ਇਸ਼ਕੁਰੇ ਦੇ। ਮਨ ਸਰ ਜਿਸ ਤਰ੍ਹਾਂ ਕਿ ਤੁਸੀਂ ਸਾਊਥ ਦੇ ਸਿਨੇਮਾ ਦੀ ਗੱਲ ਕੀਤੀ, ਜੀ ਜੀ, ਉਸੇ ਤਰ੍ਹਾਂ ਕਿ ਆਪਾਂ ਪੰਜਾਬ ਦੇ ਸਿਨੇਮੇ ਨੂੰ ਜਿਸ ਤਰ੍ਹਾਂ ਕਿ ਸਾਊਥ ਦਾ ਸਿਨੇਮਾ ਆਪਣਾ ਕਲਚਰ ਪ੍ਰਮੋਟ ਕਰਦਾ, ਅਤੇ ਅਸੀਂ ਇਸ ਤੋਂ ਇਲਾਵਾ ਵੀ ਕੋਈ ਹੋਰ ਕਲਚਰਲ ਐਕਟੀਵਿਟੀ ਨੂੰ ਪ੍ਰਮੋਟ ਕਰਨ ਦੀਆਂ ਫਿਲਮਾਂ ਅੱਗੇ ਲਿਆਵਾਂਗੇ? ਇਹ ਨਾ ਡਿਪੈਂਡ ਕਰਦਾ ਜੀ, ਜਦੋਂ ਆਪਾਂ ਮਿਲ ਬੈਠ ਕੇ ਸਬਜੈਕਟ ਫਾਈਨਲ ਕਰਦੇ ਹਾਂ, ਸਬਜੈਕਟ ਕਿਸ ਤਰ੍ਹਾਂ ਦਾ, ਫਿਲਮ ਇੱਕ ਕਲਪਨਾ ਹੈ ਜਾਂ ਇੱਕ ਰੀਅਲ ਸਟੋਰੀ ਹੈ, ਬਟ 2 ਘੰਟੇ ਲਈ ਉਸ ਕਲਪਨਾ ਦੀ ਜਿਹੜੀ ਉਡਾਨ ਹੈ ਉਹ ਤੁਹਾਡੇ ਤੱਕ ਲੈ ਕੇ ਆਉਣੀ ਔਰ ਤੁਹਾਨੂੰ ਬਿਠਾ ਕੇ ਮਨੋਰੰਜਨ ਕਰਨਾ। ਇਹ ਡਿਪੈਂਡ ਕਰਦਾ ਕਿ ਪੂਰੀ ਟੀਮ ਕਿਸ ਤਰ੍ਹਾਂ ਦਾ ਡਿਸੀਜਨ ਲੈਂਦੀ ਹੈ। ਸੁੱਚਾ ਸੂਰਮਾ ਸਾਹਿਬ ਦੀ ਜਿਹੜੀ ਗਾਥਾ ਹੈ, ਇਹਦੀ ਰਿਸਰਚ ਬਹੁਤ ਲੰਬੀ ਚੌੜੀ ਕਰਕੇ ਤਾਂ ਕਿ ਬਰੀਕੀ ਨਾਲ ਹਰ ਚੀਜ਼ ਤੁਹਾਨੂੰ ਦਿਖਾ ਸਕੀ, ਬਟ ਕਈ ਚੀਜ਼ਾਂ ਵਰਬਲੀ ਮਿਲ ਤਾਂ ਜਾਂਦੀਆਂ, ਉਹਨਾਂ ਦਾ ਕੋਈ ਸੰਕੇਤਕ ਵੀ ਨਹੀਂ ਮਿਲਦਾ, ਕੁਛ ਵੀ ਨਹੀਂ ਮਿਲਦਾ, ਉਹ ਫਿਰ ਬਹੁਤ ਛੋਟੀ ਹੋ ਜਾਂਦੀ ਹੈ, ਉਹਦੇ 'ਚ ਫਿਰ ਕਲਪਨਾ ਕਰਨੀ ਫਿਰ ਔਖਾ, ਕਲੀਸ਼ਾ ਔਖਾ ਹੋ ਜਾਂਦਾ। ਨਹੀਂ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦ ਯੂਥ ਜਿਹੜਾ ਹੈ ਉਹ ਫਿਲਮਾਂ ਤੋਂ ਸੇਧ ਲੈਂਦਾ, ਅਤੇ ਯਾਨੀ ਕਿ ਅਸੀਂ ਫਿਲਮਾਂ ਦੇ ਰਾਹੀਂ ਯੂਥ ਨੂੰ ਕੋਈ ਐਸਾ ਸੰਦੇਸ਼ ਦਈਏ ਜਿਹੜਾ ਅਸੀਂ ਆਪਣਾ ਪੁਰਾਤਨ ਜਿਹੜੀ ਵਿਰਾਸਤ ਹੈ ਉਸਨੂੰ ਕਾਇਮ ਰੱਖ ਸਕੀਏ। ਦੇਖੋ ਹਰ ਫਿਲਮ ਦਾ ਸਬਜੈਕਟ ਦੇ ਹਿਸਾਬ ਨਾਲ ਹੀ ਹੈ। ਦੇਖੋ ਇੱਕ ਚੀਜ਼ ਤਾਂ ਦਿਮਾਗ 'ਚ ਪਾ ਲਓ, ਹਰ ਗੀਤ ਜਾਂ ਹਰ ਫਿਲਮ ਮੈਸੇਜ ਨਹੀਂ ਦਿਆ ਕਰਦੀ। ਜਿੱਦਾਂ ਹੁਣ ਤੁਸੀਂ ਪ੍ਰੈਸ ਵਾਲੇ ਹੋ, ਖਬਰਾਂ ਲਾਉਂਦੇ ਹੋ, ਤੁਹਾਡੀ ਹਰ ਖਬਰ ਕੋਈ ਮਤਲਬ ਮੈਸੇਜ ਥੋੜ੍ਹੀ ਦਿੰਦੀ ਹੈ। ਕਈ ਵਾਰੀ ਤੁਸੀਂ ਦੂਜੀ ਵੀ ਲਾ ਦਿੰਦੇ, ਚੱਕ ਲਓ ਧਰ ਲਓ, ਕਈ ਵਾਰੀ ਹੈਡਿੰਗ ਕੋਈ ਹੋਰ ਹੁੰਦਾ, ਥੱਲੇ ਕੁਛ ਹੋਰ ਹੁੰਦਾ, ਇੱਦਾਂ ਵਾਲ ਪਟਾਈ ਤੁਹਾਡੇ ਚੱਕਰ 'ਚ ਵੀ ਕਈ ਹੋ ਜਾਂਦੇ, ਫੋਨ ਇੱਕ ਦੂਜੇ ਨੂੰ ਲਾ ਲੈਂਦੇ, ਹੈ ਨਾ। ਇਹਦਾ ਮਤਲਬ ਡਿਪੈਂਡ ਕਰਦਾ, ਜਿੱਦਾਂ ਹੁਣ ਇਹ ਕਹਾਣੀ ਹੈ, ਇਹਦਾ ਵਿਸ਼ਾ ਯਾਰੀ ਦੋਸਤੀ ਹੈ ਔਰ ਇਨਸਾਨੀ ਰਿਸ਼ਤੇ ਹੈ। ਹੁਣ ਇਹਦਾ ਬੇਸਿਕਲੀ ਦੇਖੋ, ਤੁਹਾਨੂੰ ਤੁਸੀਂ ਇੱਕ ਪੂਰੀ ਕਿਤਾਬ ਪੜ੍ਹਦੇ ਹੋ ਕਿ ਉਹ ਜਿਹੜੀ ਕਿਤਾਬ ਸਾਰੇ ਉਹ ਬੰਦੇ ਪੜ੍ਹਦੇ ਆ, ਹਰ ਬੰਦੇ ਨੂੰ ਤਾਂ ਸੇਧ ਨਹੀਂ ਮਿਲਦੀ ਔਰ ਗੁਰ ਗਿਆ ਨਹੀਂ ਤਾਂ ਸਾਰੇ ਤਾਂ ਨਹੀਂ ਹੋ ਜਾਂਦੇ। ਕਿਸੇ ਨੇ ਪੜ੍ਹ ਕੇ ਉਸ ਕਿਤਾਬ ਦੀਆਂ ਚੀਜ਼ਾਂ, ਜਿੱਦਾਂ ਹੁਣ ਗੁਰੂ ਘਰ ਹੈ, 2 ਤਰ੍ਹਾਂ ਨਾਲ ਤੁਸੀਂ ਸ਼ਰਧਾ ਪ੍ਰਗਟ ਕਰਦੇ ਹੋ, ਗੁਰੂ ਘਰ ਆ, ਹਿੰਦੂ ਹੋ ਜਾਂ ਕਿਸੇ ਵੀ ਧਰਮ ਨਾਲ ਰਿਲੇਟਡ ਹੋ, ਜਾਂ ਤਾਂ ਤੁਸੀਂ ਸਰੈਂਡਰ ਕਰ ਦਿੰਦੇ ਹੋ ਵੀ ਆਪਣਾ ਮੱਥਾ ਟੇਕ ਕੇ ਸਰੈਂਡਰ ਕਰਤਾ, ਕੋਈ ਸਵਾਲ ਜਵਾਬ ਹੈ ਹੀ ਨਹੀਂ। ਇੱਕ
ਦੂਜੀ ਸ਼ਰਤ ਇਹ ਹੈ ਕਿ ਉਹ ਫਿਲੋਸਫੀ ਨੂੰ ਪੜ੍ਹ ਕੇ ਉਹਦੇ 'ਤੇ ਵਰਕ ਕਰਨਾ, ਦੋ ਤਰ੍ਹਾਂ ਨਾਲ ਹੁੰਦਾ। ਹੁਣ ਦੁਨੀਆਂ ਦੇ ਸਿਮਿਲਰ ਬ੍ਰੇਨਸ ਨਹੀਂ ਹੁੰਦੇ, ਅਲੱਗ ਅਲੱਗ ਤਰ੍ਹਾਂ ਦੇ ਬ੍ਰੇਨ ਹੈ। ਮੰਨ ਲਓ ਤੁਸੀਂ ਇੱਕ ਕੰਮ 'ਚ ਲੱਗੇ ਹੋ ਔਰ ਤੁਹਾਡੇ ਕੋਲ ਕਿੱਤਾ ਅਤੇ ਰੁਜ਼ਗਾਰ ਹੈ, ਤੁਹਾਡੇ ਲਈ ਬਹੁਤ ਸੌਖਾ ਕਿਉਂਕਿ ਤੁਸੀਂ ਆਪਣੇ ਰੁਜ਼ਗਾਰ 'ਤੇ ਜਾਣਾ, ਤੁਹਾਡੇ ਕੋਲ ਕੰਮ ਹੈ। ਤੁਸੀਂ ਸਵੇਰੇ ਆਪਦਾ ਜਿਹੜਾ ਵੀ ਤੁਹਾਡਾ ਸਪਿਰਚੁਅਲ ਗੁਰੂ ਆ ਉਹਨਾਂ ਨੂੰ ਤੁਸੀਂ ਮੱਥਾ ਟੇਕਦੇ ਹੋ ਅਤੇ ਆਪਦੇ ਕੰਮ 'ਤੇ ਆਪਦਾ ਲੰਘ ਜਾਂਦੇ ਹੋ ਬੈਲ ਖੜਕਾ ਕੇ। ਬਟ ਇੱਕ ਬੰਦਾ ਜਿਹੜਾ ਜੱਦੋ ਜਹਿਦ ਕਰਦਾ, ਉਹਦੇ ਪੱਲੇ ਕੁਛ ਨਹੀਂ ਪੈਂਦਾ, ਫਿਰ ਉਹ ਉਹਨਾਂ ਵਿਚਾਰਾਂ ਨੂੰ ਪੜ੍ਹ ਕੇ ਤਰਕ ਕਰਦਾ ਆਪਦੇ ਆਪ ਨਾਲ ਅਤੇ ਨੇਚਰ ਮਦਰ ਨਾਲ, ਇਹ ਇੱਕ ਦੂਜਾ ਰੂਟ ਹੈ। ਸੋ ਸਾਰੀਆਂ ਫਿਲਮਾਂ 'ਚੋਂ ਨਹੀਂ ਹੋ ਸਕਦਾ। ਹਾਂ, ਇਸ ਫਿਲਮ ਦਾ ਜਿਹੜਾ ਮੰਤਵ ਉਹਦੇ 'ਚ ਇਹ ਇਨਸਾਨੀ ਰਿਸ਼ਤੇ ਕਿੰਨੇ ਜ਼ਰੂਰੀ ਹੈ, ਇੱਕ ਛੋਟੀ ਜਿਹੀ ਭੁੱਲ ਤੁਹਾਨੂੰ ਕਿੱਥੇ ਲੈ ਜਾਂਦੀ ਹੈ, ਇੱਕ ਜਿਹੜੀ ਸਾਰੀ ਉਮਰ ਦੀ ਸਾਂਝ ਅਤੇ ਯਾਰੀ ਹੁੰਦੀ ਹੈ ਉਹ ਕਿਰਦਾਰ 'ਤੇ ਆ ਕੇ ਕਿਵੇਂ ਖਤਮ ਹੋ ਜਾਂਦੀ ਹੈ। ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ, ਅਸੀਂ ਇਹੋ ਜਿਹਾ ਕੋਈ ਕਨਸੈਪਟ ਲਈਏ ਜਿਸ ਤਰ੍ਹਾਂ ਯੂਥ ਨੂੰ ਕੋਈ ਮੈਸੇਜ ਦਿੱਤਾ ਜਾਵੇ ਐਕਚੁਅਲੀ ਇਨ ਫਿਊਚਰ। ਤੁਸੀਂ ਮੇਰੇ ਗਾਣੇ ਸੁਣ ਲਿਆ ਕਰੋ ਕਦੇ ਕਦੇ, ਮੈਂ ਹੁਣ ਤਾਂ ਤੁਸੀਂ ਮਤਲਬ ਪੈਸੇ ਵੀ ਨਹੀਂ ਲਾਉਣੇ, ਹੁਣ ਤਾਂ ਯੂਟਿਊਬ 'ਤੇ ਮੁਫਤ ਵਾਲੀ ਕੰਮ ਹੈ। ਬਸ ਜਾਣੀ ਜਾਂ ਕਿਤੇ ਆਪਣਾ ਘਰੇ ਪਰਿਵਾਰ 'ਚ ਬੈਠੇ ਹੋ ਜਾਂ ਕਿਤੇ ਕਮਰੇ 'ਚ ਬੈਠੇ ਹੋ, ਮਾੜਾ ਜਿਹਾ ਲਾ ਲਿਆ ਕਰੋ, ਪਿਛਲੇ 25 ਸਾਲ 'ਚੋਂ ਸਾਰੇ ਗਾਣੇ ਸੁਣਿਓ, ਤੁਹਾਨੂੰ ਰੋਮਾਂਟਿਕ ਗਾਣੇ 'ਚ ਵੀ ਕੋਈ ਨਾ ਕੋਈ ਦਰਦ ਦੀ, ਕਿਸਾਨੀ ਦੀ ਜਾਂ ਮਜ਼ਦੂਰ ਦੀ ਲਾਈਨ ਮਿਲੂਗੀ, ਹਰ ਚੌਥੇ ਗਾਣੇ 'ਚ ਤਾਂ ਮਿਲੂਗਾ ਹੀ ਮਿਲੂਗਾ। ਮੈਂ ਗੱਲਾਂ ਕਰਨਾ ਹੈ, ਮੈਂ ਗਾਉਣ ਤਾਂ ਫਿਰ ਮੈਂ ਖਾੜਾ ਹੀ ਲਾ ਜੂੰਗਾ ਤੁਹਾਡੇ ਉਰੇ, ਦੋ ਚਾਰ ਘੰਟੇ ਲਾਈਏ ਤਾਂ ਸਹੀ, ਫਿਰ ਤੁਹਾਡਾ ਵੀ ਮਨ ਹੋ ਜੂਗਾ। ਕੋਈ ਨਹੀਂ, ਬਣਾ ਲੈਂਦੇ ਹਾਂ ਵਿਚਾਰ। ਇਹ ਸ਼ਰਮਾ ਜੀ ਮੈਰਿਜ ਈਵੈਂਟ ਵਾਲਾ, ਇਹਨਾਂ ਨੂੰ ਕਹਿ ਦਿੰਦੇ ਹਾਂ, ਅੰਮ੍ਰਿਤਸਰ ਸਾਹਿਬ ਬਹੁਤ ਦੇਰ ਹੋ ਗਈ ਅਸੀਂ ਆਏ ਨਹੀਂ ਸੀ, ਤੋ ਮੈਂ ਕਿਉਂਕਿ ਗੁਰੂ ਦੀ ਨਗਰੀ ਹੈ, ਮੈਂ ਥੋੜ੍ਹਾ ਜਿਹਾ ਇਸ ਲਈ ਅਵੋਇਡ ਕਰ ਜਾਂਦਾ ਕਿਉਂਕਿ ਗੁਰੂ ਦੀ ਨਗਰੀ, ਹਰ ਬੰਦੇ ਦੀ ਅਲੱਗ ਤਰ੍ਹਾਂ ਨਾਲ ਸ਼ਰਧਾ। ਕਈ ਫੇਸਬੁੱਕ 'ਤੇ ਸ਼ਰਧਾ ਦਿਖਾਉਂਦੇ ਹਾਂ, ਅਸੀਂ ਪੁਰਾਣੇ ਸੰਘਰਸ਼ ਨਾਲ ਵੀ ਜੁੜੇ ਰਹੇ ਹਾਂ ਔਰ ਪੂਰੀ ਜ਼ਿੰਦਗੀ ਉਹ ਇੱਕੋ ਰਾਹ 'ਤੇ ਚੱਲਦੇ ਹਾਂ। ਤੋ ਮੈਂ ਪਿੱਛੇ ਜਿਹੇ ਈਵੈਂਟ ਵਾਲਾ ਆਇਆ ਵੀ ਸੀ, ਮੈਂ ਕਿਹਾ ਸੀ ਸ਼ਹਿਰ ਤੋਂ ਥੋੜ੍ਹਾ ਜਿਹਾ ਬਾਹਰ ਕਰਾ ਲਿਓ ਮੇਰੇ। ਮੈਂ ਵੀ ਤੁਹਾਡੇ ਹੀ ਹਾਂ, ਗੀਤ ਵੀ ਤੁਹਾਡੇ ਹੀ ਹੈ। ਮੈਂ ਜਦੋਂ ਲਿਖਣਾ ਸ਼ੁਰੂ ਕਰਿਆ ਸੀ, ਇਹ ਤਹੀਆ ਕਰਕੇ ਤੁਰਿਆ ਸੀ ਕਿ ਹਰ ਗੀਤ 'ਚੋਂ ਖੁਸ਼ਬੂ ਆਵੇ, ਉਹਦੇ 'ਚ ਮੈਂ ਤੁਹਾਡੀ ਕਿਰਪਾ ਨਾਲ ਹਰ ਵਾਰ ਤੁਸੀਂ ਮੈਨੂੰ ਪਾਸ ਕਰਦੇ ਹੋ। ਔਰ ਸੰਗੀਤ ਦਾ ਫਿਲਮ ਦੇ ਨਾਲ ਮਿਲ ਕੇ ਆਉਣਾ ਹੀ ਸੰਗੀਤ ਦਾ ਫਾਇਦਾ, ਨਹੀਂ ਤਾਂ ਉਹ ਸੰਗੀਤ ਦਾ ਕੋਈ ਫਾਇਦਾ ਨਹੀਂ ਤਾਂ ਕੋਈ ਆਈਟਮ ਸੌਂਗ ਬਣ ਕੇ ਰਹਿ ਜਾਂਦੇ ਆ। ਚਿਰ ਸਥਾਈ ਜਿਹੜੇ ਗਾਣੇ ਆ ਉਹ ਤਾਂ ਹੀ ਯਾਦ ਰਹਿੰਦੇ ਆ ਜੇ ਉਹ ਫਿਲਮ ਦਾ ਹਿੱਸਾ, ਨਹੀਂ ਤਾਂ ਕੋਈ ਫਾਇਦਾ ਨਹੀਂ। ਸੈਂਕੜੇ ਫਿਲਮਾਂ ਆਉਣੀਆਂ, ਕੋਈ ਰੇਅਰ ਫਿਲਮ ਆ ਜਿਹਦੇ ਤੁਸੀਂ ਕਹੋਗੇ ਸੰਗੀਤ ਬਹੁਤ ਵਧੀਆ। ਇਸੇ ਤਰਜ਼ 'ਤੇ ਜਸ਼ਰਾਜ ਸਾਹਿਬ ਦਾ ਜਿਹੜਾ ਸਿਨੇਮਾ ਸੀ ਉਹ ਇਸੇ ਤਰਜ਼ 'ਤੇ ਸੀ ਕਿ ਪਹਿਲਾਂ ਸੰਗੀਤ 'ਤੇ ਬੈਠਦੇ ਸੀ ਫਿਰ ਫਿਲਮ ਸ਼ੁਰੂ ਹੁੰਦੀ ਸੀ। ਇਸੇ ਕਰਕੇ ਉਹਨਾਂ ਦੇ ਜ਼ਿਆਦਾ ਫਿਲਮਾਂ ਦੇ ਜਿਹੜੇ ਗਾਣੇ ਮੈਮੋਰੇਬਲ ਹੈ। ਇਹ ਜਿਹੜੇ ਜਦੋਂ ਨਾ ਮੈਨੂੰ ਤਾਂ ਇਹਨਾਂ ਨੇ ਬਾਜ਼ਾਰ 'ਚ ਭਜਾਇਆ ਹੋਇਆ ਪਿਛਲੇ 5-10 ਦਿਨ ਦਾ, ਮੈਂ ਤਾਂ ਤੁਸੀਂ ਯਕੀਨ ਮੰਨਿਓ ਮੈਂ ਇਹ ਫਿਲਮ 'ਚ ਕੰਮ ਜ਼ਰੂਰ ਕਰਿਆ। ਮੈਂ ਇਹ ਉਦੋਂ ਦੇਖਣੀ ਹੈ ਜਦੋਂ ਤੁਸੀਂ ਇਹਨੂੰ ਪਾਸ ਕਰ ਦੋਗੇ, ਔਰ ਮੈਂ ਪੂਰੀ ਫਿਲਮ 'ਚ ਕਿਸੇ ਵੀ ਫਿਲਮ 'ਚ ਵੈਸੇ ਤਾਂ, ਪਰ ਇਹ ਕਿਉਂਕਿ ਆਪਾਂ ਇਹਦੇ ਮਤਲਬ ਇਕੱਠੇ ਹੋਏ ਹਾਂ। ਆਮ ਤੌਰ 'ਤੇ ਜਦੋਂ ਡਾਇਰੈਕਟਰ ਸਾਹਿਬ ਲੈਂਦੇ ਹਾਂ ਸ਼ੋਟ, ਉਸ ਤੋਂ ਬਾਅਦ ਕੁਛ ਵਕਤ ਹੁੰਦਾ ਕੈਮਰਾ ਸ਼ਿਫਟਿੰਗ ਦਾ ਕੋਈ ਸ਼ੋਟ ਬਦਲ ਲਈ, ਤਾਂ ਮੋਸਟਲੀ ਆਰਟਿਸਟ ਮੋਸਟਲੀ ਜਿਹਦੇ 'ਚ ਗੁਰਪ੍ਰੀਤ ਵੀ ਸ਼ਾਮਿਲ ਹੈ, ਵੀ ਮਾੜਾ ਜਿਹਾ ਪਿੱਛੇ ਕਰਕੇ ਦਿਖਾਇਓ ਵੀ ਮੈਂ ਕੀ ਕੀਤਾ। ਅੱਜ ਤੱਕ ਮੈਂ ਆਪਦਾ ਕਦੇ ਸੀਨ ਨਹੀਂ ਦੇਖਿਆ
ਕਿਉਂਕਿ ਮੈਨੂੰ ਪਤਾ ਜੇ ਡਾਇਰੈਕਟਰ ਨੂੰ ਪਸੰਦ ਆ ਤਾਂ ਗੱਲ ਖਤਮ ਹੈ। ਔਰ ਇਹ ਫਿਲਮ ਵੀ ਮੈਂ ਜੋ ਤੁਸੀਂ ਪਾਸ ਕਰੋਗੇ ਤਾਂ ਦੇਖਣ ਜਾਊਂਗਾ। ਪਾਸ ਤਾਂ ਲੋਕਾਂ ਨੇ 20,000 ਐਡਵਾਂਸ ਬੁਕਿੰਗ ਕਰਕੇ ਕਰਤੀ। ਨਹੀਂ ਉਹ ਜਿਹੜੀ ਆਪਾਂ ਸਾਊਥ ਵਾਲਾਂ ਦੀ ਜਿਹੜੀ ਉਹ ਮੜਕ ਭੰਨਣੀ ਹੈ ਨਾ ਆਪਣੇ। ਸਹੀ ਗੱਲ ਹੈ, ਦੇਖੋ ਆਪਾਂ ਗੁੱਲ ਸਿਰੇ ਦਾ ਲਾਉਣਾ ਬਸ, ਆਪਣੀ ਇਹੀ ਜ਼ਿੱਦ ਹੈ। ਜਦ ਤੱਕ ਲੱਗਦਾ ਨਹੀਂ ਅਸੀਂ ਐਂ ਹੀ ਕੰਮ ਕਰਨਾ ਦਿਨ ਰਾਤ, ਨਾ ਮੇਰੇ ਲਈ ਨੀਂਦ ਆ ਨਾ ਚੈਨ ਹੈ, ਘੰਟੇ 2 ਮਿਲ ਜਾਣ ਸੌਣ ਨੂੰ ਕੰਮ ਹੀ ਕਰਾਂਗੇ। ਔਰ 4-5 ਸਾਲ ਮੈਂ ਨਹੀਂ ਕਰੀਆਂ ਫਿਲਮਾਂ ਕਿਉਂਕਿ ਸਾਨੂੰ ਨਿੱਜੀ ਤੌਰ 'ਤੇ ਸਮਝ ਨਹੀਂ ਸੀ ਆਉਂਦੀ ਮੈਨੂੰ, ਅਤੇ ਮੈਂ ਗੱਲ ਪੂਰੀ ਕਰ ਲਵਾਂ, ਕਾਹਲੀ ਨਾ ਕਰੋ। ਫਿਰ ਇਹ ਫਿਲਮ ਨੂੰ 4 ਸਾਲ ਲੱਗ ਗਏ ਅਤੇ ਉਹ ਕੋਈ ਵਿਚਾਰਕ ਮਤਭੇਦ ਕਈ ਵਾਰੀ ਹੋ ਜਾਂਦੇ ਟੀਮਾਂ 'ਚ, ਕਿਉਂਕਿ ਬਹੁਤ ਬੰਦੇ ਇਨਵੋਲਵ ਹੈ ਇਹਦੇ 'ਚ, 300-400 ਬੰਦਾ ਜੁੜਦਾ। ਅਤੇ ਜਦੋਂ ਇਹ ਸਾਰਾ ਕੰਮ ਕੰਪਲੀਟ ਹੋ ਕੇ ਜਦੋਂ ਫਾਈਨਲ ਮਿਕਸਿੰਗ ਹੋਈ, ਫਿਰ ਮੈਂ ਸਾਗ ਵਾਲਿਆਂ ਨੂੰ, ਇਹਨਾਂ ਦਾ ਫੋਨ ਆਇਆ, ਸ਼ਰਮਾ ਜੀ ਇਹ ਸਾਡੇ ਜਿਗਰੀ ਮਿੱਤਰ ਹੈ, ਇਹ ਫਿਲਮ ਜੇ ਅੱਜ ਰਿਲੀਜ਼ ਹੋਈ ਹੈ ਨਾ, ਇਹਦੇ 'ਚ 3-4 ਬੰਦਿਆਂ ਦਾ ਬੜਾ ਅਹਿਮ ਯੋਗਦਾਨ ਹੈ, ਜਿਹਦੇ 'ਚ ਮਨੀਸ਼ ਸ਼ਰਮਾ ਜੀ, ਗੁਰਪ੍ਰੀਤ, ਇਹ ਗੁਰੂ ਸਾਡਾ ਛੋਟਾ ਭਰਾ ਰੰਧਾਵਾ, ਇਹਨਾਂ ਨੇ ਬਹੁਤ ਐਫਰਟ ਕਰਿਆ, ਮੈਂ ਤਾਂ ਚਲੋ ਹਮੇਸ਼ਾ ਹੀ ਨਾਲ ਸੀ। ਤਾਂ ਮੈਂ ਉਹਨੂੰ ਪੁੱਛਿਆ ਕਿਵੇਂ ਨਜ਼ਾਰਾ ਆ ਰਿਹਾ, ਕਹਿੰਦਾ ਭਾਅ ਜੀ ਬਹੁਤ ਮਜ਼ਾ ਆ ਰਿਹਾ ਹੁਣ ਤਾਂ। ਮੈਂ ਕਿਹਾ ਫਿਰ ਜੇ ਆਪਾਂ ਥੋੜ੍ਹੀਆਂ ਚੀਜ਼ਾਂ ਪਹਿਲਾਂ ਸੋਲਵ ਕਰ ਦਿੰਦੇ ਤਾਂ ਇਹਨਾਂ 4 ਸਾਲਾਂ 'ਚ ਆਪਾਂ ਆਪਣੇ ਚਾਹੁਣ ਵਾਲਿਆਂ ਨੂੰ 3 ਫਿਲਮਾਂ ਹੋਰ ਬਣਾ ਦਿੰਦੇ। ਸੋ ਦਰਅਸਲ ਅਸੀਂ ਕਈ ਵਾਰੀ ਤਾਂ ਇਹ ਫਿਲਮ ਦਾ ਨਾ ਆਉਣਾ ਮਤਲਬ ਸਾਡਾ ਨੁਕਸਾਨ ਤਾਂ ਬਾਅਦ ਦੀਆਂ ਗੱਲਾਂ, ਪਰ ਚਾਹੁਣ ਵਾਲਿਆਂ ਦਾ ਨੁਕਸਾਨ ਜ਼ਿਆਦਾ। ਔਰ ਅੱਛੀਆਂ ਟੀਮਾਂ ਕਦੇ ਕਦੇ ਬਣਦੀਆਂ, ਵਿੱਚ ਕਲੀਅਰ ਨਹੀਂ। ਲੰਮਾ ਸਮਾਂ ਲੱਗਿਆ ਪਰ ਸਬਰ ਦਾ ਫਲ ਬੜਾ ਮਿੱਠਾ ਹੈ। ਮਹਾਰਾਜ ਨੇ ਮਿਹਰ ਕਰਨੀ ਹੈ, ਦੇਖੋ ਕਿਰਤੇ ਕਰੀਏ ਦਿਨ ਰਾਤ, ਗੱਪ ਤਾਂ ਮਾਰੀ ਨਹੀਂ ਕਦੇ, ਨਾ ਸ਼ੋਸ਼ਾ ਛੱਡਿਆ, ਨਾ ਡਰਾਮਾ ਕਰਿਆ, ਨਾ ਸਿੰਪਥੀ ਸੀਕ ਵਾਲਾ ਸਿਸਟਮ ਆਪਣਾ, ਕੰਮ ਬਹੁਤ ਵਧੀਆ ਕਰਦੇ, ਮਿਹਨਤ ਨਾਲ ਕਰਦੇ। ਔਰ ਮੈਨੂੰ ਲੱਗਦਾ ਤੁਸੀਂ ਪ੍ਰਵਾਨ ਕਰੋਗੇ 100%। ਆਓ ਜੀ ਸਰ, ਜਿਹੜੀ ਆਪਣੀ ਮੂਵੀ ਆ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪਾਸ ਹੋ ਗਈ ਆ, ਅਸੀਂ ਸਭ ਦੁਆ ਕਰਦੇ ਹਾਂ ਰਿਲੀਜ਼ ਹੋਣ ਤੋਂ ਬਾਅਦ ਫਸਟ ਆਵੇ ਜੀ। ਮਾਨ ਸਾਹਿਬ ਮੁੱਖ ਮੰਤਰੀ, ਦੇਖੋ ਅਸੀਂ ਇਹੀ ਕੰਮ ਕਰੀ ਜਾਣਾ, ਆਪਾਂ ਨੇ ਇਹੀ ਕੰਮ ਕਰਨਾ, ਤੁਸੀਂ ਇਹਨੂੰ ਹਿੱਟ ਕਰੋਗੇ ਅਸੀਂ ਫਿਰ 2 ਸ਼ੁਰੂ ਕਰ ਦਾਂਗੇ, ਕਰਾਂਗੇ ਇੱਦਾਂ ਦੀਆਂ ਜਿਹੜੀਆਂ ਪੰਜਾਬ ਅਤੇ ਪੰਜਾਬੀ ਦੀ ਗੱਲ ਕਰਨ। ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਜ਼ਿੰਦਗੀ 'ਚ ਬਹੁਤ ਅੱਛੀਆਂ ਫਿਲਮਾਂ ਬਣਾਈਆਂ, ਕੁਛ ਮਤਲਬ ਮਿੱਤਰਤਾ 'ਚ ਜਾਂ ਸਾਂਝ 'ਚ ਜਾਂ ਸਿਫਾਰਿਸ਼ਾਂ ਦੇ ਤੌਰ 'ਤੇ 2 ਪ੍ਰੋਜੈਕਟ ਅਸੀਂ ਫਲੋਪ ਵੀ ਕਰੇ ਹਾਂ। ਆ ਇੱਕ 2 ਪੱਤਰਕਾਰ ਸੱਜਣ ਕੱਲ੍ਹ ਮੈਨੂੰ ਕਿਸੇ ਨੇ ਕਲਿੱਪ ਭੇਜਿਆ ਸੀ, ਮੈਂ ਵੈਸੇ ਤਾਂ ਦੂਰ ਹੈ ਤੋਂ, ਉਹ ਮੈਂ ਕਿਹਾ ਉਹ ਕਮਲਿਆ ਮੈਂ ਤਾਂ ਆਪ ਹੀ ਦੱਸਦਾ, ਤੁਸੀਂ ਕਿਸੇ ਆਰਟਿਸਟ ਨੂੰ ਪੁੱਛੋ ਵੀ ਤੇਰੀਆਂ ਫੇਲ ਕਿੰਨੀਆਂ ਫਿਲਮਾਂ, ਕਦੇ ਮੰਨੂਗਾ ਨਹੀਂ ਉਹ। ਜੇ ਤੁਸੀਂ ਕਹੋਗੇ ਵੀ ਪੰਜਾਬ 'ਚ ਤਾਂ ਇੰਨਾ ਕੁ ਵਜੇ, ਉਹ ਉਹਨਾਂ ਨੇ ਅਮਰੀਕਾ ਬਹੁਤ ਚੱਲੀ ਸੀ, ਕਦੇ ਨਹੀਂ ਕਹੂੰਗਾ। 2 ਸੁਪਰ ਫਲੋਪ ਸੀ, ਇੱਕ ਦੀ ਵਜ੍ਹਾ ਸੀ ਕਿ ਉਹਦਾ ਨਾਂ ਹੀ ਹਿਟਲਰ ਸੀ, ਉਹਨੇ ਫੇਲ ਹੋਣਾ ਸੀ, ਕਿਉਂਕਿ ਇਹ ਜਿਹੜੇ ਬਹੁਤੇ ਕਾਰਪੋਰੇਟ ਸੈਕਟਰ ਹੈ ਨਾ, ਇਹ ਯੂਜ਼ਡ ਹੈ ਉਹਨਾਂ ਨੂੰ। ਮੈਨੂੰ ਤਾਂ ਪਤਾ ਨਹੀਂ ਸੀ ਵੀ ਐਡਾ ਬੜਾ ਇਸ ਨਾਂ ਤੋਂ ਪ੍ਰੋਬਲਮ, ਸਾਨੂੰ ਸਿਨੇਮੇ ਨਹੀਂ ਮਿਲੇ, ਬਿਜ਼ਨਸ ਨਹੀਂ ਕਰ ਪਾਈ। ਸੋ ਇਸ ਕਰਕੇ ਜਿਹੜੀ ਚੀਜ਼ ਬਣਜਾਰਾ, ਮੈਂ ਆਪ ਹੀ ਕ੍ਰਿਟੀਕਲ ਅਕਲੇਮਡ ਮੂਵੀ ਹੋ ਸਕਦੀ ਹੈ, ਪੈਸੇ ਵੀ ਪੂਰੇ ਕਰਕੇ ਹੋਣੇ ਆ, ਬਟ ਮੈਂ ਨਹੀਂ ਉਹਨੂੰ ਮੰਨਦਾ ਸਫਲ ਫਿਲਮ, ਕਿਉਂਕਿ ਡਾਇਰੈਕਸ਼ਨ ਡਿਪਾਰਟਮੈਂਟ ਪੱਖੋਂ ਉਹ ਨਲਾਇਕ ਸੀ ਸਾਡੀ ਫਿਲਮ। ਸੋ ਇਸ ਕਰਕੇ ਮੈਂ ਤਾਂ ਆਪ ਹੀ ਐਡਮਿਟ ਕਰਦਾ ਕਿ ਜਿਹੜੀ ਚੀਜ਼ ਫੇਲ ਆ ਫੇਲ ਹੀ ਮੰਨਦਾ। ਔਰ ਭਵਿੱਖ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂ ਨਿੱਜੀ ਤੌਰ 'ਤੇ ਕੋਈ ਇਸ ਤਰ੍ਹਾਂ ਦੀ ਫਿਲਮ ਬਣਾਊਂਗਾ ਜਿਹਦੇ 'ਚ ਸਾਰੀ ਫਿਲਮ 'ਚ ਹਾਈ ਚੱਲੀ ਜਾਵੇ। ਫਿਲਮ ਦਾ ਮਤਲਬ ਫਿਲਮ ਹੋਵੇ, ਬੰਦਿਆਂ ਦੀ ਫਿਲਮ ਹੋਵੇ, ਜਿਹਦੇ 'ਚ ਕੋਈ ਸਾਡੇ ਪੰਜਾਬ ਅਤੇ ਪੰਜਾਬੀ ਦੀ ਕੋਈ ਜ਼ਰੂਰਤ ਦੀ ਗੱਲ ਹੋਵੇ। ਮੁੱਖ ਮੰਤਰੀ ਸਾਹਿਬ ਨਾਲ ਬੜਾ ਗੁਰੀ ਸਾਂਝ ਰਹੀ ਹੈ ਤੁਹਾਡੀ, ਸਰ ਮੇਰੀ ਲਾਈਨ ਹੋਰ ਹੈ, ਮੈਂ ਕੋਈ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ